ਸਾਡਾ ਸਿਲੈਕਟਰ ਦਾ ਲਫ਼ਜ਼ ਹੈ ਤੋ ਤੰਗ ਨਾ ਹੋ ਜਾਏ ਜੇ ਕਿਧਰੇ ਕਿਉਂਕਿ ਇਮਰਾਨ ਖਾਨ ਸਾਹਿਬ ਨੇ ਸਿਲੈਕਟਰ ਸਿਲੈਕਟਡ ਕਰ ਗਏ ਨਾ ਤੇ ਹੁਣ ਜੇ ਨੂੰ ਬਕਾਇਦਾ ਵੀ ਸਿਲੈਕਟ ਕੀਤਾ ਜਾਏ ਨਾ ਡਾਕਟਰ ਜਾਂ ਇੰਜੀਨੀਅਰ ਜਾਂ ਕਿਤੇ ਅਫਸਰ ਉਹ ਵੀ ਆਖੇ ਨਾ ਮੈਂ ਸਿਲੈਕਟਡ ਹਾਂ ਤੇ ਬੰਦੇ ਆਂਦੇ ਨੇ ਦਫਾ ਹੋ ਜਾ ਯਾਨੀ ਮੈਂ ਨਹੀਂ ਹੋਰ ਕਰ ਛੜਿਆ ਸਿਲੈਕਟਡ ਦਾ ਮਤਲਬ ਇਹ ਮਾਨਾ ਕਿ ਮੈਂ ਨਾ ਸਿਲੈਕਟਡ ਦਾ ਇਹ ਪੈੜਾ ਨਹੀਂ ਸਿਲੈਕਟਡ ਨੂੰ ਹੀ ਮੁਸਤਫਾ ਆਂਦੇ ਨੇ ਇੱਥੇ ਅੱਜ ਕੱਲ੍ਹ ਰਿਵਾਜ ਹੋ ਗਿਆ ਕਿ ਜਿਹਨੂੰ ਸਿਲੈਕਟਡ ਆਖੀਏ ਉਹਨੂੰ ਗੁੱਸਾ ਲੱਗਦਾ ਆਂਦਾ ਤੂੰ ਮੈਨੂੰ ਸਿਲੈਕਟਡ ਪਿਆ ਨਾ ਯਾਨੀ ਅੰਦਾਜ਼ਾ ਲਾਓ ਵੀ ਇਮਰਾਨ ਖਾਨ ਸਾਹਿਬ ਨੇ ਕਿਵੇਂ ਇਸ ਲਫ਼ਜ਼ ਦੀ ਧੂੜ ਉਡਾ ਛੜੀ ਇਹ ਤਾਂ ਮਹਿਣੇ ਮੋਰ ਦਾ ਹੋਰ ਹੋ ਗਿਆ ਇਹ ਜਿੰਨੇ ਸਿਲੈਕਟਡ ਸਿਲੈਕਟਡ ਕਰਕੇ ਬੰਦੇ ਆਉਂਦੇ ਨਾ ਹਮੇ ਸਿਲੈਕਟਡ ਮਨਜ਼ੂਰ ਨਹੀਂ ਹਮੇ ਸਿਲੈਕਟਡ ਮਨਜ਼ੂਰ ਨਹੀਂ ਇਹ ਜਿਹੜੇ ਬੰਦੇ ਸਿਲੈਕਟ ਕਰਦੇ ਨੇ ਉਹ ਨਾ ਮਨਜ਼ੂਰ ਹੁੰਦੇ ਨੇ ਜਿਹਨਾਂ ਵਾਲਾ ਸਿਲੈਕਟ ਕਰਦਾ ਉਹਨਾਂ ਨੂੰ ਮਨਜ਼ੂਰ ਨਾ ਕਰੀਏ ਤਾਂ ਬੰਦਾ ਨਾ ਮਨਜ਼ੂਰ ਹੋ ਜਾਂਦਾ ਕਿਉਂਕਿ ਬੰਦਿਆਂ ਦੀ ਸਿਲੈਕਸ਼ਨ ਆ ਉਹਦੇ ਔਰ ਅੱਲਾ ਦੀ ਸਿਲੈਕਸ਼ਨ ਮੌਲਾ ਤੁਹਾਨੂੰ ਜਜ਼ਾ ਦੇਵੇ ਮੈਨੂੰ ਸਿਆਸਤ ਨਾਲ ਕੋਈ ਗਰਜ਼ ਨਹੀਂ ਮੈਂ ਤੇ ਅੱਲਾ ਤੇ ਸਿਲੈਕਟਡ ਪਿਆ ਪੜਨਾ ਅੱਲਾ ਫਰਮਾਉਂਦਾ ਪਹਿਲੇ ਆਦਮ ਨੂੰ ਮੰਨੋ ਕਿ ਉਹਨੂੰ ਮੈਂ ਸਿਲੈਕਟ ਕੀਤਾ ਕੀਤਾ ਕਿ ਨਹੀਂ ਪਹਿਲਾ ਮੁਸਤਫਾ ਹਜ਼ਰਤ ਆਦਮ ਅਲੈਹ ਸਲਾਮ ਨੇ ਅੱਗੇ ਅੱਲਾ ਨੇ ਸਿੰਗਲ ਸਿੰਗਲ ਨਬੀ ਦੱਸ ਕੇ ਬੰਦੇ ਪਟੜੀ ਤੇ ਚੜ੍ਹਨੇ ਆਦਮ ਅਲੈਹ ਸਲਾਮ ਨੂਹ ਅਲੈਹ ਸਲਾਮ ਕਿਉਂ ਉਹ ਵੀ ਮੁਸਤਫਾ ਨੂਹ ਵੀ ਮੁਸਤਫਾ ਜਦੋਂ ਬੰਦੇ ਇਕੱਲੇ ਇਕੱਲੇ ਨਬੀ ਤੇ ਲੱਗ ਗਏ ਨਾ ਪਟੜੀ ਤੇ ਚੜ੍ਹ ਗਏ ਨੇ ਉੱਤੋਂ ਅੱਲਾ ਨੇ ਫਿਰ ਸੱਟ ਮਾਰੀਏ ਵਾ ਆਲਾ ਇਬਰਾਹੀਮਾ ਇਬਰਾਹੀਮ ਕੀ ਸਾਰੀ ਆਦ ਹੀ ਹਮਨੇ ਸਜਾ ਚੁੱਕੀ ਹੈ ਆਲਾ ਇਬਰਾਹੀਮਾ ਹਮਨੇ ਆਲੇ ਇਬਰਾਹੀਮ ਕੋ ਚੁਣ ਲਿਆ ਹੈ ਅੱਗੇ ਫਰਮਾਂਦਾ ਸੁਖਾ ਗਈ ਹੈ ਆਲੇ ਇਬਰਾਹੀਮ ਜੀ ਫਰਮਾਇਆ ਵਾ ਆਲਾ ਇਮਰਾਨ ਹਮਨੇ ਆਲੇ ਇਮਰਾਨ ਕੋ ਚੁਣ ਲਿਆ ਲਾਹੌਰ ਵਾਸਤੇ ਪੰਜਾਬ ਵਾਸਤੇ ਪਾਕਿਸਤਾਨ ਵਾਸਤੇ ਨਹੀਂ ਅਲਲ ਆਲਮੀਨ ਸਾਰੇ ਜਹਾਨੋਂ ਕੇ ਵਾਸਤੇ ਕੀ ਬਾਤ ਹੈ ਆਲਮੀਨ ਦਾ ਕੋ ਤਰਜਮਾ ਵੱਡੇ ਆਲਮ ਕੋਲ ਕਰਾਇਆ ਜੇ ਮੈਂ ਤੇ ਨਜੋਗੇ ਹੀ ਨਹੀਂ ਆਲਮੀਨ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੋਂ ਤੱਕ ਮੁਕਾਵਾਂ ਆਲਮੀਨ ਦਾ ਅੰਦਾਜ਼ਾ ਲੱਗ ਜਾ ਤੇ ਉਹ ਆਲਮੀਨ ਹੀ ਨਹੀਂ ਆਦਮ ਨੂੰ ਅੱਲਾ ਨੇ ਚੁਣੇ ਹਲਕਾ ਵੇਖੋ ਜ਼ਰਾ ਐਮਪੀਏ ਦਾ ਹਲਕਾ ਛੋਟਾ ਹੁੰਦਾ ਹੈ ਐਮਐਨਏ ਦਾ ਵੱਡਾ ਹੁੰਦਾ ਹੈ ਵਜ਼ੀਰ ਆਜ਼ਮ ਦਾ ਪੂਰਾ ਪਾਕਿਸਤਾਨ ਹੁੰਦਾ ਹੈ ਆਲਮੀਨ ਦਾ ਹਲਕਾ ਬਹੁਤ ਬੜਾ ਹੁੰਦਾ ਹੈ ਅੱਲਾ ਨੇ ਆਦਮ ਨੂੰ ਚੁਣਿਆ ਤੇ ਆਲਮੀਨ ਵਾਸਤੇ ਨੂਹ ਨੂੰ ਚੁਣਿਆ ਤੇ ਆਲਮੀਨ ਵਾਸਤੇ ਹਜ਼ਰਤ ਇਬਰਾਹੀਮ ਦੀ ਪੂਰੀ ਆਲ ਨੂੰ ਚੁਣਿਆ ਤੇ ਆਲਮੀਨ ਵਾਸਤੇ ਇਮਰਾਨ ਦੀ ਪੂਰੀ ਆਲ ਨੂੰ ਚੁਣਿਆ ਤੇ ਆਲਮੀਨ ਵਾਸਤੇ ਦੱਸ ਮੌਲਵੀ ਆਲਮੀਨ ਦਾ ਹਲਕਾ ਕਿੱਡਾ ਕੁ ਹੁੰਦਾ ਹੈ ਕੀ ਦੱਸਣਾ ਤੂੰ ਖੇ ਦੱਸਣਾ ਤੂੰ ਅਲਹਮਦੁਲਿਲਾਹ ਰੱਬਿਲ ਆਲਮੀਨ ਇਸ ਲਈ ਕਿ ਅੱਲਾ ਆਲਮੀਨ ਦਾ ਰੱਬ ਹੈ ਪਤਾ ਨਹੀਂ ਕਦੋਂ ਦਾ ਰੱਬ ਹੈ ਤੇ ਕਦੋਂ ਤੱਕ ਰੱਬ ਰਹੇਗਾ ਬਮਾਰ ਸੱਲਾ ਕਾ ਇਲਾ ਰਹਿਮਤੁਲ ਲਿਲ ਆਲਮੀਨ ਮੁਹੰਮਦ ਆਲਮੀਨ ਕੀ ਰਹਿਮਤ ਹੈ ਜਿੱਥੋਂ ਤੱਕ ਉਹ ਰੱਬ ਹੈ ਉਥੋਂ ਤੱਕ ਨਬੀ ਰਹਿਮਤ ਹੈ ਔਰ ਰਹਿਮਤ ਹੈ ਆਲਮੀਨ ਦੀ ਔਰ ਰੱਬ ਹੈ ਆਲਮੀਨ ਦਾ ਮਸਜਿਦ ਚ ਸੱਦ ਕੇ ਨਬੀ ਨੇ ਜ਼ਹਰਾ ਨੂੰ ਆਖਿਆ ਅੰਤ ਸੈਯਦਤ ਨਸਾਇਲ ਆਲਮੀਨ ਜਿੱਥੋਂ ਜਿੱਥੋਂ ਤੱਕ ਉਹ ਰੱਬ ਹੈ ਉਥੋਂ ਉਥੋਂ ਤੱਕ ਮੈਂ ਰਹਿਮਤ ਹਾਂ ਉਥੋਂ ਉਥੋਂ ਤੱਕ ਤੂੰ ਸਰਦਾਰ ਹੈ ਹਰ ਉਸ ਜਗ੍ਹਾ ਤੇ ਨਬੀ ਦੀ ਬੇਟੀ ਦੀ ਸਰਦਾਰੀ ਹੈ ਜਿੱਥੇ ਅੱਲਾ ਰੱਬ ਹੈ ਜਿੱਥੇ ਨਬੀ ਰਹਿਮਤ ਹੈ ਉੱਥੇ ਜ਼ਹਰਾ ਸਰਦਾਰ ਮੌਲਾ ਤੁਹਾਨੂੰ ਜਜ਼ਾ ਦੇਵੇ।